ਅੱਜ ਅਸੀਂ ਕਲਾਸ 2 ਸਬਜੈਕਟ ਮੈਥਸ ਚੈਪਟਰ 1 ਸੰਖਿਆਵਾਂ ਦੇ ਪੇਜ ਨੰਬਰ 1 ਤੋਂ ਸ਼ੁਰੂ ਕਰਾਂਗੇ ਬੇਟਾ ਤੁਸੀਂ ਕਲਾਸ 1 ਦੇ ਵਿੱਚ 1 ਤੋਂ ਲੈ ਕੇ 99 ਤੱਕ ਦੀ ਸੰਖਿਆਵਾਂ ਦਾ ਗਿਆਨ ਹਾਸਲ ਕਰ ਚੁੱਕੇ ਹੋ ਅੱਜ ਅਸੀਂ ਸ਼ੁਰੂ ਕਰਾਂਗੇ 1 ਤੋਂ 20 ਤੱਕ ਦੀ ਸਿੱਧੀ ਗਿਣਤੀ ਅਤੇ ਪੁੱਠੀ ਗਿਣਤੀ ਦੀ ਦੁਹਰਾਈ ਤੋਂ ਤੇ ਚਲੋ ਸਟਾਰਟ ਕਰਦੇ ਹਾਂ ਲੈਟਸ ਸਟਾਰਟ ਬੇਟਾ 1 2 3 4 5 6 7 8 9 10 1 0 10 10 1 11 ਬੇਟਾ 10 ਦੇ ਵਿੱਚ 1 ਜੋੜਿਆ 11 10 1 11 10 2 12 ਇਸੇ ਤਰ੍ਹਾਂ 13 14 15 16 17 18 19 20 ਬੇਟਾ ਇੱਕ ਚੀਜ਼ ਧਿਆਨ ਦਿਓ 1 ਤੋਂ ਲੈ ਕੇ 9 ਤੱਕ ਦੀ ਸੰਖਿਆਵਾਂ ਇੱਕ ਅੰਕੀ ਸੰਖਿਆ ਹੈ ਲੇਕਿਨ 10 ਤੋਂ ਲੈ ਕੇ 20 ਤੱਕ ਦੀਆਂ ਸੰਖਿਆਵਾਂ 2 ਅੰਕੀ ਸੰਖਿਆ ਹੈ 2 ਅੰਕ 1 ਤੇ 0 2 ਅੰਕ ਹੋ ਗਏ ਬੇਟਾ ਇਹ ਕਿਹੜੀਆਂ ਅੰਕੀ ਸੰਖਿਆ ਹੈ 2 ਅੰਕੀ ਸੰਖਿਆ 1 ਤੋਂ 20 ਤੱਕ ਦੀ ਸਿੱਧੀ ਗਿਣਤੀ ਅਸੀਂ ਕਰ ਲਈ ਹੁਣ ਅਸੀਂ 20 ਤੋਂ ਪੁੱਠੀ ਗਿਣਤੀ ਸ਼ੁਰੂ ਕਰਾਂਗੇ 1 ਤੱਕ 20 ਦੇ ਵਿੱਚੋਂ 1 ਘਟਾਓ 19 19 ਦੇ ਵਿੱਚੋਂ 1 ਘਟਾ ਕੇ 18 ਇਸੇ ਤਰ੍ਹਾਂ 17 16 15 14 13 12 11 10 9 8 7 6 5 4 3 2 1 ਬੇਟਾ 1 ਤੋਂ 20 ਤੱਕ ਦੀ ਸਿੱਧੀ ਅਤੇ ਪੁੱਠੀ ਗਿਣਤੀ ਦੀ ਦੁਹਰਾਈ ਤੋਂ ਬਾਅਦ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਗਿਣਤੀ ਦੀ ਵਰਤੋਂ ਕਰਦੇ ਹੋ ਤੇ ਕਿਸ ਤਰ੍ਹਾਂ ਕਰਦੇ ਹੋ ਆਓ ਵੇਖੀਏ ਤੇ ਆਓ ਬੱਚਿਓ ਹੁਣ ਆਪਣੀ ਜਮਾਤ ਦੇ ਬੱਚਿਆਂ ਦੀ ਗਿਣਤੀ ਕਰੀਏ ਆਪਣੀ ਜਮਾਤ ਦੇ ਵਿੱਚ ਕੁੱਲ ਕਿੰਨੇ ਬੱਚੇ 24 ਉਹਦੇ ਵਿੱਚੋਂ ਮੁੰਡੇ ਕਿੰਨੇ ਤੇ ਕੁੜੀਆਂ ਕਿੰਨੀਆਂ ਮੁੰਡੇ ਕਿੰਨੇ ਬੇਟਾ 11 ਕਿੰਨੇ ਬੇਟਾ 10 1 11 ਤੇ ਕੁੜੀਆਂ 13 ਕਿੰਨੀਆਂ ਕੁੜੀਆਂ 13 11 ਮੁੰਡੇ 13 ਕੁੜੀਆਂ ਯਾਨੀ ਕੁੱਲ ਕਿੰਨੇ ਬੱਚੇ ਕਿਸ ਤਰ੍ਹਾਂ ਪਤਾ ਲੱਗੇਗਾ ਬੇਟਾ ਜੋੜ ਕਰਕੇ ਤੇ ਚਲੋ ਜੋੜ ਕਰੀਏ 1 ਜਮਾ 3 4 1 ਜਮਾ 3 4 1 ਜਮਾ 1 2 ਆਪਣੀ ਜਮਾਤ ਦੇ ਵਿੱਚ 11 ਮੁੰਡੇ 13 ਕੁੜੀਆਂ ਤੇ ਕੁੱਲ ਕਿੰਨੇ ਬੱਚੇ ਹੋ ਗਏ 24 ਬੱਚੇ ਠੀਕ ਹੈ ਬੇਟਾ ਇਸ ਦਾ ਮਤਲਬ ਕਿ ਤੁਸੀਂ 1 ਤੋਂ 24 ਤੱਕ ਦੀ ਸੰਖਿਆ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਯੂਜ਼ ਕਰਨਾ ਸਿੱਖ ਚੁੱਕੇ ਹੋ ਨੈਕਸਟ ਬੇਟਾ ਅਗਲੀ ਗਤੀਵਿਧੀ ਹੈ ਕਦਮਾਂ ਨਾਲ ਦੂਰੀ ਨੂੰ ਮਾਪਣਾ ਤੇ ਚਲੋ ਸ਼ੁਰੂਆਤ ਕਰੀਏ ਕਿ ਤੁਸੀਂ ਤਿਆਰ ਹੋ ਚਲ ਅਸੀਂ ਕੀ ਕਰਾਂਗੇ 1 ਤੋਂ ਉੱਥੇ ਤੱਕ ਦੀ ਦੂਰੀ ਨੂੰ ਕਦਮਾਂ ਨਾਲ ਮਾਪਾਂਗੇ ਠੀਕ ਹੈ ਬੇਟਾ ਤੇ ਚਲੋ ਸ਼ੁਰੂਆਤ ਕਰੀਏ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਤੁਹਾਡੇ ਪੈਰ ਦਾ ਪੰਜਾ ਤੇ ਦੂਸਰੇ ਪੈਰ ਦੀ ਅੱਡੀ ਨਾਲ ਮਿਲਣੀ ਚਾਹੀਦੀ ਹੈ ਠੀਕ ਹੈ ਤੇ ਚਲੋ ਬੋਰਡ ਦੀ ਦੂਰੀ ਮਾਪਣੀ ਆ ਆਪਾਂ ਇਸ ਦੇ ਬੋਰਡ ਦੇ ਇਸ ਕੋਨੇ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਬੇਟਾ 1 2 3 4 5 5 ਤੇ ਚਲੋ ਹੁਣ ਵਾਪਸ ਪੁੱਠੀ ਗਿਣਤੀ 5 4 3 2 1 ਠੀਕ ਹੈ ਇਸ ਦਾ ਮਤਲਬ ਕਿ ਬੋਰਡ ਦੀ ਦੂਰੀ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ 5 ਕਦਮਾਂ ਦੀ ਹੈ ਤੇ ਤੁਸੀਂ ਹੁਣ ਕਰਨਾ ਕੀ ਹੈ ਆਪਣੇ ਕਮਰੇ ਤੋਂ ਲੈ ਕੇ ਆਪਣੀ ਰਸੋਈ ਤੱਕ ਦੀ ਦੂਰੀ ਨੂੰ ਕਦਮਾਂ ਨਾਲ ਮਾਪਣਾ ਹੈ ਚਲੋ ਹੁਣ ਇੱਕ ਖੇਡ ਵਿਧੀ ਰਾਹੀਂ ਸੰਖਿਆ ਦੇ ਇਕਾਈ ਤੇ ਦਹਾਈ ਸਥਾਨ ਦਾ ਗਿਆਨ ਹਾਸਲ ਕਰਦੇ ਹਾਂ ਸ਼ੁਰੂਆਤ ਕਰਾਂਗੇ ਇੱਕ ਖੇਡ ਤੋਂ ਬੇਟਾ ਤੁਸੀਂ ਦੇਖ ਰਹੇ ਹੋ ਕਿ ਸੱਜੇ ਚੱਕਰ ਦੀ ਬਾਹਰ ਸੰਖਿਆ 1 ਦਾ ਮਾਲ ਕਾਰਡ ਲੈ ਕੇ 9 ਬੱਚੇ ਖੜੇ ਹਨ ਲੇਕਿਨ ਖੱਬੇ ਚੱਕਰ ਦੇ ਬਾਹਰ 9 ਬੱਚੇ 10 ਸੰਖਿਆ ਦਾ ਮਾਲ ਕਾਰਡ ਲੈ ਕੇ ਖੜੇ ਹਨ ਬੇਟਾ ਇੱਥੇ ਇੱਕ ਸੰਖਿਆ ਲਿਖੀ ਗਈ ਹੈ 34 ਇਹਨਾਂ ਬੱਚਿਆਂ ਨੇ ਇਸ ਸੰਖਿਆ ਨੂੰ ਖੇਡ ਵਿਧੀ ਰਾਹੀਂ ਦਰਸਾਉਣਾ ਹੈ ਠੀਕ ਹੈ ਜੇਕਰ ਬੇਟਾ ਆਪਾਂ 34 ਸੰਖਿਆ ਨੂੰ ਸਪਲਿਟ ਕਰੀਏ ਇਹਨੂੰ ਹੀ ਮਤਲਬ ਤੋੜ ਦਈਏ ਤੇ ਇੱਥੇ ਕੀ ਲਿਖਿਆ ਜਾਵੇਗਾ 30 ਜਮਾ 4
तीजवा चार मतलब चार इकाइयां। बेटा चार मतलब एक जमा एक जमा एक जमा एक, यानी कि चार बच्चे एक एकदम संख्या एकदम मार कार्ड ले लेके नीचे जंप करेंगे चक्कर दे विच। तो चलो जंप करवाइए, एक दो तीन चार, चार एक दो तीन चार, चार मतलब चार इकाइयां। आगे है ती, ती का मतलब दस जोड़ दस जोड़ दस, इसका मतलब कि तीन बच्चे संख्या दस का मार कार्ड लेके चक्कर दे विच छाल मारेंगे। तो चलो किस तरह मारते बेटा छाल, देखो दस दस दस, बेटा देखो दस जोड़ दस जोड़ दस मतलब ती, अपन की लिखांगे जोड़ करके ती, इसका मतलब ती दे विच तीन दहाइयां हन, ती दे विच तीन दहाइयां, एक दहाई दे विच बेटा दस चीजां होंदियां हन। एक ध्यान रखना, एक दहाई मतलब दस चीजां, ती मतलब तीन दहाइयां, ते क्यों ना ये संख्या नूं आपां स्थानक मूल सारणी ते दर्शाईए। चार इकाइयां तीन दहाइयां, चार इकाइयां दहाई किन्नी है बेटा खुद देख लो, एक दो तीन किन्नियां दहाइयां तीन, ये है बेटा साडी स्थानक मूल सारणी जिहदे विच असीं संख्या दा इकाई ते दहाई दा मूल पता करते हैं। ठीक है बेटा, हुण तुहाडा होमवर्क की है कि तुसीं अपनी बुक दा पेज नंबर एक दो ते तीन इनू कॉपी ते करना है। थैंक यू।